ਸਦਰਾਂ ਤੋਂ ਸੱਚ ਤੱਕ, ਗੀਤਾਂ ਤੋਂ ਸਜਦਿਆਂ ਤੱਕ ਤੇ ਲਫ਼ਜ਼ਾਂ ਤੋਂ ਚੁੱਪ ਤੱਕ ਦਾ ਸਫ਼ਰ ਗੁਰਦਾਸ ਮਾਨ ਨਾਲ ਸਮੇਂ ਦੇ ਪਾਰ ਦਾ ਹੈ। ਪਿਛਲੇ ਹਫ਼ਤੇ ਦੀ ਮੁਲਾਕਾਤ ਨੂੰ ਇੱਕ ਹੋਰ ਮੁਕਾਮ ਚੁੰਮਦਿਆਂ ਵੇਖਦੇ ਹਾਂ ਬਿਟਵੀਨ ਅਸ। ਤੁਸੀਂ ਬਹੁਤ ਬਹੁਤ ਲੱਕੀ ਰਹੇ ਹੋ ਕਿ ਤੁਹਾਨੂੰ ਆਪਣੇ ਪੀਰ ਜਿਹੜੇ ਨਕੋਦਰ ਵਾਲੇ ਸੀਗੇ, ਤੁਹਾਨੂੰ ਆਪਣੇ ਗੁਰੂ ਮਿਲੇ, ਤੁਸੀਂ ਉਹਨਾਂ ਨੂੰ ਗੁਰੂ ਮੰਨ ਸਕੇ। ਗੁਰੂ ਲਾਦੋ ਰਹੇ, ਹਾਂਜੀ, ਗੁਰੂ ਬਿਨਾਂ ਕਰਮਾਂ ਦੇ ਨਹੀਂ ਹਾਸਲ ਹੁੰਦਾ ਹੈ, ਔਰ ਫਿਰ ਸਤਿਗੁਰੂ ਤਾਂ ਬਿਲਕੁਲ ਵੀ ਬਿਨ ਕਰਮਾ ਕਿਛ ਪਾਈਏ ਨਾ ਹੀ, ਜੇ ਬਹੁਤ ਤੇਰਾ ਤਾਵ ਹੈ ਜੀ। ਸੋ ਮੇਰੇ ਧੰਨ ਭਾਗ, ਮੇਰੇ ਵਰਗੇ ਉਹਨਾਂ ਉਹਨਾਂ ਮੁਰੀਦਾਂ ਦੇ ਧੰਨ ਭਾਗ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ। ਹਰ ਗੱਲ ਦੇ ਵਿੱਚ ਇੱਕ ਰਮਸ ਹੁੰਦੀ ਸੀ, ਫਕੀਰ ਦੀ ਰਮਸ ਹੀ ਹੁੰਦੀ, ਇੱਕੋ ਸ਼ਬਦ ਦੇ ਵਿੱਚ ਗੱਲ ਕਰਨ। ਇੱਕ ਮੁੰਡਾ ਆਇਆ ਸਾਡੇ ਬੈਠਿਆਂ ਬੈਠਿਆਂ, ਅਤੇ ਪੂਰਾ ਭਲਵਾਨ, ਬਹੁਤ ਖੂਬਸੂਰਤ ਭਲਵਾਨ, ਉਹ ਕਹਿੰਦੇ ਭਲਵਾਨੀ ਸ਼ਕੀਨੀ ਦੀ ਹੁੰਦੀ ਹੈ ਕਿ ਯਕੀਨੀ ਦੀ ਹੁੰਦੀ ਹੈ? ਕਿ ਜਿੰਨੇ ਵੀ ਪੁਰਾਣੇ ਜਿੰਨੇ ਤੁਸੀਂ ਭਲਵਾਨ ਦੇਖਦੇ ਹੋ, ਉਹ ਆਪਣੇ ਆਪ ਨੂੰ ਦੱਖ ਨਹੀਂ ਦਿੰਦੇ ਨਜ਼ਰਾਂ ਤੋਂ ਬਚਣ ਵਾਸਤੇ, ਨਜ਼ਰ ਪੱਥਰ ਨੂੰ ਕਹਿੰਦੇ ਪਾੜ ਦਿੰਦੀ ਹੈ। ਅਤੇ ਹੁਣ ਇਹ ਚੀਜ਼ ਇਹ ਜਿਹੜੀ ਦਿਖਾਵਾ ਵਾਲਾ ਜ਼ਿਆਦਾ ਆ ਗਿਆ, ਪਹਿਲਾਂ ਜੋ ਭਲਵਾਨ ਸਿਰਫ ਜਦੋਂ ਅਖਾੜੇ ਦੇ ਵਿੱਚ ਉਤਰਦੇ ਸੀਗੇ ਉਸ ਵੇਲੇ ਕੱਪੜੇ ਲਾ ਕੇ, ਉਦੋਂ ਪਤਾ ਲੱਗਦਾ ਸੀ ਕਿ ਐਡਾ ਖਰਾ ਸੋਹਣਾ। ਸੋ ਉਹਨੂੰ ਸਮਝਾ ਗਏ ਕਿ ਯਕੀਨੀ ਦੀ ਹੈ ਕਿ ਸ਼ਕੀਨੀ ਦੀ, ਕਿ ਯਕੀਨੀ ਹੈ ਤੇ ਅੰਦਰ ਰੱਖ, ਸ਼ਕੀਨੀ ਹੈ ਤੇ ਫਿਰ ਦਿਖਾਉਂਦਾ ਰਹੇ। ਤੁਹਾਨੂੰ ਉਹ ਪਲ ਯਾਦ ਹੈ ਜਦੋਂ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਸੀ ਔਰ ਤੁਹਾਨੂੰ ਅਹਿਸਾਸ ਹੋਇਆ ਕਿ ਹਾਂ ਇਹ ਮੁਰਸ਼ਿਦ ਹੈ? ਬਿਲਕੁਲ ਬਿਲਕੁਲ, ਪਾਣੀ ਪੀਏ ਛਾਣ ਕੇ ਅਤੇ ਗੁਰੂ ਬਣਾਈਏ ਜਾਣ ਕੇ ਜੀ। ਮੈਨੂੰ ਯਾਦ ਹੈ ਸਾਡੇ ਸੁਰਿੰਦਰ ਛਿੰਦਾ ਜੀ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਔਰ ਬਹੁਤ ਹਮੇਸ਼ਾ ਰਹੂਗੀ, ਕਿਉਂਕਿ ਉਹਨਾਂ ਦੇ ਜ਼ਰੀਏ ਮੈਂ ਗੁਰੂ ਨੂੰ ਮਿਲੇ। ਅੱਛਾ। ਫੋਨ ਆਇਆ ਮੈਨੂੰ, ਕਹਿੰਦੇ ਯਾਰ ਸਾਡੇ ਬਾਬਾ ਜੀ ਬਹੁਤ ਯਾਦ ਕਰਦੇ। ਮੈਂ ਕਿਹਾ ਬਾਬਾ ਜੀ? ਕਹਿੰਦੇ ਸਾਡੇ ਸਾਈਂ ਜੀ ਨਕੋਦਰ। ਮੈਂ ਕਿਹਾ ਜੀ ਉਹਨਾਂ ਦੀ ਮਰਜ਼ੀ ਹੋਈ ਤਾਂ ਜਦੋਂ ਮਰਜ਼ੀ ਬੁਲਾ ਲੈਣ ਜੀ, ਮੇਰੇ ਮੂੰਹ 'ਚੋਂ ਸਹਿਜ ਦੇ ਵਿੱਚ, ਕਿਉਂਕਿ ਹੈ ਵੀ ਗੱਲ ਕਿ ਜਦ ਤੱਕ ਉਹਨਾਂ ਦੀ ਮਰਜ਼ੀ ਨਹੀਂ ਤੁਸੀਂ ਜਾ ਨਹੀਂ ਸਕਦੇ, ਕਿਸੇ ਦਰਬਾਰ ਦੇ ਵਿੱਚ ਨਹੀਂ ਵੜ ਸਕਦੇ, ਜੇ ਤੁਸੀਂ ਚੱਲੇ ਵੀ ਹੋ ਦਰਬਾਰ ਦੇ ਵਿੱਚ ਫਿਰ ਵੀ ਹੁਕਮ ਨਹੀਂ ਹੋ ਸਕਦਾ ਜਾਣ, ਪਹੁੰਚ ਵੀ ਗਏ ਤਾਂ ਉੱਥੇ ਨਿਗਾਹ ਨਹੀਂ ਮਿਲਣ ਦੇਣੀ ਕਿਸੇ। ਸੋ ਮੈਂ ਕਿਹਾ ਜੀ ਉਹ ਤਾਂ ਉਹਨਾਂ ਦੀ ਆਵਾਜ਼ ਜਦੋਂ ਵੱਜੇਗੀ ਤਾਂ ਉਦੋਂ ਚੱਲਾਂਗੇ। ਉਹ ਦੋ ਤਿੰਨ ਮਹੀਨੇ ਬਾਅਦ ਰਾਤ ਨੂੰ ਮੈਂ ਸੁੱਤਾ ਪਿਆ, ਰਾਤ ਨੂੰ ਸੁਪਨੇ ਦੇ ਵਿੱਚ ਇੱਕ ਮੈਂ ਦਰਬਾਰ ਦੇਖ ਰਿਹਾ, ਉੱਥੇ ਘੋੜੇ ਬੋਤੇ ਮੇਲਾ ਲੱਗਿਆ ਪਿਆ। ਅੱਛਾ। ਇੱਕ ਪਾਸੇ ਪੂਰਾ ਸਰੋਵਰ ਹੈ, ਮੈਂ ਹਜੇ ਜਗ੍ਹਾ ਦੇਖੀ ਨਹੀਂ, ਉਹ ਮੈਂ ਸੁਪਨੇ ਦੇ ਵਿੱਚ ਦੇਖ ਰਿਹਾ। ਅੱਛਾ। ਅਤੇ ਦੂਜੇ ਦਿਨ ਸਵੇਰੇ ਉਹਦਾ ਉਹਨਾਂ ਦਾ ਫੋਨ ਆਇਆ, ਕਹਿੰਦੇ ਵੀ ਆਪਣਾ ਅੱਜ ਵੀਰਵਾਰ ਹੈ ਜੇ ਮਤਲਬ ਜੇ ਕੋਲ ਤੁਹਾਡੇ ਕੋਲ ਟਾਈਮ ਹੋਵੇ। ਮੈਂ ਕਿਹਾ ਹਾਂ ਯਾਰ ਚੱਲਦੇ ਹਾਂ। ਮੈਂ ਕਿਹਾ ਰਾਤ ਨੂੰ ਮੈਨੂੰ ਸੁਪਨਾ ਵੀ ਆਇਆ ਕੁਛ ਇਸ ਤਰ੍ਹਾਂ। ਅਸੀਂ ਚਲੇ ਗਏ ਜੀ ਉੱਥੇ, ਉੱਥੇ ਕੁਲਦੀਪ ਮਾਣਕ ਜੀ ਬੈਠੇ, ਉੱਥੇ ਮੁਹੰਮਦ ਸਦੀਕ ਸਾਹਿਬ ਬੈਠੇ, ਜਿੱਥੇ ਸਾਈਂ ਜੀ ਸਾਡੇ ਚਸ਼ਮਾ ਲੱਗਿਆ ਕਾਲਾ ਚਸ਼ਮਾ ਔਰ ਟਾਕੀਆਂ ਵਾਲਾ ਉਹਨਾਂ ਦਾ ਝੱਗਾ ਪਾਇਆ ਕਾਲਾ ਅਤੇ ਹੱਥ 'ਚ ਡਾਂਗ, ਚੜ੍ਹਦੀ ਉਮਰ ਦਾ ਜਿਹੜਾ ਹੁੰਦਾ ਨਾ ਜੀ ਇੱਕ ਜੋਸ਼, ਔਰ ਉਹ ਵੀ ਫਕੀਰੀ। ਉਸ ਤੋਂ ਪਹਿਲਾਂ ਉਹਨਾਂ ਦਾ ਯੋਗ ਸੀਗਾ, ਬਹੁਤ ਵੱਡਾ ਭਾਰੀ ਯੋਗ ਸੀਗਾ ਜਟਾਵਾਂ ਦਾ ਹੁੰਦਾ। ਸੋ ਉਸ ਅਵਸਥਾ ਦੇ ਵਿੱਚ ਬੈਠੇ ਜਾ ਕੇ ਮੈਨੂੰ ਛਿੰਦਾ ਜੀ ਜਾਂਦੇ ਜਾਂਦੇ ਦੱਸ ਰਹੇ ਹਾਂ ਕਿ ਉਹ ਜੋ ਗੱਲ ਕਹਿਣ, ਕੋਈ ਬਹੁਤਾ ਉਹਦੇ 'ਚ ਸਵਾਲ ਸਵੂਲ ਨਾ ਕਰੇ ਅਤੇ ਕੋਈ ਚੀਜ਼ ਦੇਣ ਅਤੇ ਉਹਨੂੰ ਨਾ ਨੁੱਕਰ ਨਾ ਕਰਨਾ, ਚੁੱਪ ਕਰਕੇ ਲੈ ਲੈਣਾ, ਸਵੀਕਾਰ ਕਰ ਲੈਣਾ। ਸੋ ਇਹ ਗੱਲਾਂ ਸਮਝਾਈਆਂ ਉਹਨਾਂ ਨੇ ਅਤੇ ਜਦੋਂ ਅੰਦਰ ਗਏ ਉੱਥੇ ਜਦ ਬੈਠੇ ਅਤੇ ਮੈਂ ਕਿਹਾ ਸਾਈਂ ਜੀ ਚੱਲਦੇ ਚੱਲਦੇ ਗੱਲਾਂ, ਹਾਂ ਬਈ ਗੁਰਦਾਸ ਕੀ ਦੇਖਿਆ ਫਿਰ? ਮੈਂ ਕਿਹਾ ਜੀ ਮੈਂ ਤਾਂ ਇਹ ਰਾਤ ਨੂੰ ਮੈਂ ਸੁਪਨੇ 'ਚ ਦੇਖ ਲਈ ਸੀ ਜਗ੍ਹਾ। ਕਹਿੰਦਾ ਬਸ ਬਸ ਵਾਲੇ ਪਰਦੇ ਨਹੀਂ ਖੋਲੀ ਦੇ ਹੁੰਦੇ, ਭੇਰ 'ਚ ਪਰਦਾ ਮੇਰੇ 7 ਵਜੇ ਉਹਨਾਂ ਨੇ ਆਪਣਾ ਚਸ਼ਮਾ ਲਾ ਕੇ ਮੈਨੂੰ ਐਂ ਦਿੱਤਾ ਔਰ ਹੱਥ ਮੇਰਾ ਇੱਥੇ ਹੀ ਹੈ ਉਹਨਾਂ ਦਾ, ਕਹਿੰਦੇ ਦੇਖ ਜਰਾ ਠੀਕ ਹੈ। ਮੈਂ ਇਸ ਤਰ੍ਹਾਂ ਹਿਲਾ ਕੇ ਦੇਖਿਆ, ਮੈਂ ਕਿਹਾ ਜੀ ਥੋੜ੍ਹਾ ਜਿਹਾ ਢਿੱਲਾ ਹੈ, ਇਸੇ ਤਰ੍ਹਾਂ ਖਿੱਚ ਲਿਆ ਉਹਨਾਂ ਨੇ ਉਸੇ ਵੇਲੇ, ਸ਼ਾਇਦ ਹੱਥ ਉੱਥੇ ਰੱਖੇ ਇਸ ਕਰਕੇ ਸੀ ਖਿੱਚ ਲਿਆ। ਕਹਿੰਦੇ ਜਿੱਦੇ ਫਿੱਟ ਆ ਗਿਆ ਉਹਦੇ ਲੈ ਲਈ। 5 ਸਾਲਾਂ ਬਾਅਦ ਮੇਰੀ ਵਾਈਫ ਦੀਆਂ ਅੱਖਾਂ ਬਹੁਤ ਜ਼ਿਆਦਾ ਖਰਾਬ ਹੋਈਆਂ, ਭਾਰ ਇੰਨਾ ਵੱਧ ਗਿਆ, ਥਾਇਰਾਇਡ ਦੀ ਪ੍ਰੋਬਲਮ, ਸਾਰੇ ਚੈੱਕ ਕਰਵਾਇਆ, ਸਭ ਕੁਛ ਚੈੱਕ ਕਰਵਾਇਆ ਪਰ ਕੁਛ ਨਹੀਂ ਉਹਦੇ 'ਚ ਬਣਿਆ। ਇਸ ਦੌਰਾਨ ਤੁਸੀਂ ਨਹੀਂ ਮਿਲੇ? 5 ਸਾਲਾਂ ਦੇ ਵਿੱਚ ਅਸੀਂ ਨਹੀਂ ਮਿਲੇ। ਉਹ ਅੱਖਾਂ ਜਦੋਂ ਇੰਨੀਆਂ ਤਬੀਅਤ ਖਰਾਬ ਹੋ ਗਈ, ਸਾਰੇ ਡਾਕਟਰਾਂ ਤੋਂ ਚੈੱਕ ਕਰਵਾਇਆ, ਸਭ ਕੁਛ ਕਰਵਾ ਲਿਆ, ਫਿਰ ਸਾਡੇ ਮਿੱਤਰ ਪਿਆਰੇ ਦਵਿੰਦਰ ਖੰਨੇ ਵਾਲਾ ਸ਼ਾਇਰ, ਉਹਨੇ ਆਵਾਜ਼ ਮਾਰੀ, ਕਹਿੰਦੇ ਯਾਰ ਇੱਥੇ ਸਾਡੇ ਨਾ ਜੋਤਸ਼ੀ ਹੈ, ਹੋ ਸਕਦਾ ਕੋਈ ਉਪਾਅ ਦੱਸ ਦੇ।
ਉਹਨਾਂ ਨੇ ਜਦੋਂ ਦੇ ਘਰੇ ਗਏ ਅਸੀਂ ਉਹਨਾਂ ਨੇ ਕਹਿੰਦਾ ਜੀ ਤੁਹਾਡੇ ਤੇ ਰਾਹੂ ਕੇਤੂ ਦਾ ਚੱਕਰ ਹੈ, ਇਹ ਉਪਾਅ ਕਰਨਾ ਪਏਗਾ, ਉਹ ਉਪਾਅ ਕਰਨਾ ਪਏਗਾ। ਮਰਦਾ ਕੀ ਨਹੀਂ ਕਰਦਾ, ਬੰਦਾ ਹਰ ਜਗ੍ਹਾ 'ਤੇ ਜਾਂਦਾ। ਸਾਰੇ ਹੋਇਆ ਉੱਥੋਂ ਚੱਲ ਪਿਆ ਸੀ, ਗੱਡੀ ਵਾਪਸ ਪਟਿਆਲੇ ਨੂੰ ਮੋੜਨ ਲੱਗੇ ਨਾ, ਮੈਂ ਕਿਹਾ ਮਨਜੀਤ ਇੱਕ ਜਗ੍ਹਾ ਹੋਰ ਰਹਿ ਗਈ ਉੱਥੇ ਚੱਲ ਕੇ ਆਈ। ਕਹਿੰਦੇ ਕਿੱਥੇ? ਮੈਂ ਕਿਹਾ ਜਿੱਥੇ ਆਪਾਂ ਉਦੋਂ ਗਏ ਸੀ। ਚੱਲ ਪਏ, ਹੁਣ ਮੈਂ ਬੈਠਾ, ਮਨਜੀਤ ਆਪਣੀ ਜਗ੍ਹਾ 'ਤੇ ਬੈਠੀ ਹੈ, ਗੱਡੀ ਦੇ ਵਿੱਚ ਜਾ ਰਿਹਾ ਸੀ ਅਤੇ ਸੋਚਦਾ ਜਾ ਰਿਹਾ ਮੈਂ। ਮੇਰੇ ਘੜੀ ਬੰਨੀ ਹੁੰਦੀ ਸੀ ਰੇਮੰਡ ਵੈਲ ਦੀ, ਉਹਦੇ 'ਚ ਛੋਟੇ 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 ਹੀਰੇ ਜਿਹੇ ਜੜੇ ਹੁੰਦੇ ਸੀ। ਮੈਂ ਕਿਹਾ ਸਾਈਂ ਜੀ ਨੂੰ ਕੀ ਦੇਊਂਗਾ, ਮੈਂ ਆਪਣੇ ਨਾਲ ਗੱਲਾਂ ਕਰ ਰਿਹਾ, ਮੈਂ ਘੜੀ ਦੇ ਦੂੰਗਾ। ਚੱਲ ਹੋ ਗਈ ਗੱਲ, ਮੈਂ ਇਸੇ ਤਰ੍ਹਾਂ ਚੱਲਿਆ। ਮਾਲ ਕਿਰਪਾ ਕਰੇ, ਦਾਤਾ ਮਿਹਰ ਕਰੇ, ਅਸੀਂ ਉੱਥੇ ਪਹੁੰਚੇ ਜੀ। ਉਹ ਉੱਥੇ ਗੱਲਾਂ ਚੱਲ ਰਹੀਆਂ ਪਹਿਲਾਂ ਕਿ ਤੂੰ ਤੁਸੀਂ ਹੀਰਿਆਂ ਵਾਲੀ ਘੜੀ ਦੇਖੀਏ, ਭਲਵਾਨ ਦੇ ਮੁੰਡੇ ਨੂੰ ਕਹਿ ਰਹੇ ਹੋ, ਤੈਨੂੰ ਅੱਜ ਹੀਰਿਆਂ ਵਾਲੀ ਘੜੀ ਦਿੰਦੇ ਹਾਂ। ਅਤੇ ਅਸੀਂ ਉੱਥੇ ਪ੍ਰਵੇਸ਼ ਕੀਤਾ ਤਾਂ ਉਹਨਾਂ ਨੇ ਅੰਦਰੋਂ ਆਵਾਜ਼ ਦਿੱਤੀ, ਕਹਿੰਦੇ ਜੀ ਗੁਰਦਾਸ, ਗੁਰਦਾਸ ਮਾਨ ਆਇਆ ਜੀ। ਉਹਨਾਂ ਦਾ ਮੂੰਹ ਦੂਜੇ ਪਾਸੇ ਸੀ, ਜਿਵੇਂ ਜਾਣ ਕੇ ਫੇਰ ਲਿਆਉਂਦਾ ਨਾ ਭਗਤਾਂ ਕੀ ਚਾਲ ਨਿਰਾਲੀ, ਉੱਧਰ ਮੂੰਹ ਫੇਰਿਆ ਗਿਆ ਅਤੇ ਆ ਗਿਆ ਜੀ ਗੁਰਦਾਸ, ਆ ਗਿਆ। ਕਹਿੰਦੇ ਆ ਗਿਆ, ਇੰਤਜ਼ਾਰ ਕਰ ਰਹੇ ਸੀ ਯਾਰ ਵੀ ਹਾਂ ਆ ਗਿਆ ਜੀ। ਲਓ ਜੀ ਹੁਣ ਅਸੀਂ ਬੈਠੇ ਉੱਥੇ, ਅਤੇ ਜਦੋਂ ਉਹਨਾਂ ਦੇ ਕੋਲ ਬੈਠੇ ਤਾਂ ਸਾਈਂ ਜੀ ਨੇ ਟਰਨ ਕੀਤੀ, ਉਹਨਾਂ ਦੇ ਚਰਨਾਂ 'ਚ ਪ੍ਰਵੇਸ਼ ਦਾ ਬਸ ਰੋਣਾ ਹੀ ਨਿਕਲ ਗਿਆ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਯਾਰ ਤੁਸੀਂ ਸਾਡੇ ਕੋਲ ਕਿੱਥੇ ਆਉਂਦੇ ਹੋ, ਤੁਸੀਂ ਤਾਂ ਰਾਹੂ ਕੇਤੋਂ ਦੇ ਚੱਕਰ 'ਚ ਪਏ ਹੋ। ਹੋਰ ਰੋਣਾ ਸ਼ੁਰੂ ਹੋ ਗਿਆ, ਮਤਲਬ ਸਰੈਂਡਰ ਹੋ ਗਿਆ ਜੀ। ਉਹ ਫਸਟ ਟਾਈਮ ਮੇਰੀ ਲਾਈਫ ਕਿਸੇ ਰੱਬ ਨੂੰ ਦੇਖਿਆ ਸੀ ਜਿਹਦੇ 'ਤੇ ਇੰਨਾ ਯਕੀਨ ਹੋ ਗਿਆ ਸੀ ਕਿ ਇਸ ਤੋਂ ਪਰਾਂ ਕੁਛ ਨਹੀਂ ਹੈ। ਲੋਕ ਕਹਿੰਦੇ ਨੇ ਕਿ ਮਤਲਬ ਰੱਬ ਤਾਂ ਇੱਕੋ ਹੀ ਹੈ, ਮੈਂ ਕਹਿੰਦਾ ਰੱਬ ਸਾਰੀ ਜਗ੍ਹਾ 'ਤੇ ਬੈਠਾ ਹੈ ਜੀ। ਜਿਹੜੇ ਮਰਜ਼ੀ ਬੰਦੇ 'ਚੋਂ ਦੇਖ ਲਓ, ਜਿੱਥੇ ਤੁਹਾਡਾ ਦਿਲ ਪਸੀਜ, ਜਿੱਥੇ ਤੁਹਾਡਾ ਦਿਲ ਕਰੇ ਕਿ ਮੈਂ ਉਹਨੂੰ ਮੱਥਾ ਟੇਕਣਾ, ਅਤੇ ਉਹ ਫਿਰ ਰੱਬ ਨਹੀਂ ਤਾਂ ਹੋਰ ਕੀ ਹੈ। ਮੈਂ ਅੰਦਰ ਅੰਦਰ ਸੋਚੀ ਜਾਣਾ ਮੈਨੂੰ ਬਖਸ਼ ਦਿਓ ਜੀ, ਮਤਲਬ ਪਤਾ ਨਹੀਂ ਜੋ ਵੀ ਭੁੱਲਾਂ ਹੋਈਆਂ ਹੋਣਗੀਆਂ, ਮੈਨੂੰ ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ। ਉਹ ਆਪਣੇ ਮੂੰਹ 'ਚ ਬੋਲੀ ਜਾ ਰਹੇ, ਜਾ ਬਖਸ਼ਤਾ, ਜਾ ਬਖਸ਼ਤਾ, ਜਾ ਬਖਸ਼ਤਾ। ਅਤੇ ਗੁਰੂ ਉਹੀ ਹੁੰਦਾ ਜਿਹੜਾ ਬਿਨਾਂ ਬੋਲੇ ਤੋਂ ਬਾਤ ਜਾਣੇ ਸਕਦੇ। ਤੁਹਾਡੇ ਦਿਲ ਵਿੱਚ ਕੀ ਹੈ, ਤੁਹਾਡੇ ਘਰੇ ਕੀ ਹੈ, ਤੁਹਾਨੂੰ ਕੀ ਚਾਹੀਦਾ, ਤੁਹਾਨੂੰ ਕੀ ਦੇਣਾ, ਇਹ ਫਕੀਰ ਹੀ ਜਾਣ ਸਕਦਾ, ਇਹ ਗੁਰੂ ਜਾਣ ਸਕਦਾ, ਸਤਿਗੁਰੂ ਜਾਣ ਸਕਦਾ। ਸੋ ਉਸ ਤੋਂ ਬਾਅਦ ਫਿਰ ਲਾਗੀ ਤੁਸੇ ਲਗਨ, ਮੇਰਾ ਹੋ ਗਏ ਮਗਨ, ਮੈਂ ਆਪਣੀ ਸੁੱਧ ਬੁੱਧ ਖੋ ਬੈਠੀ, ਮੈਂ ਤੇਰੇ ਦਰ ਦੀ ਹੋ ਬੈਠੀ। ਉਸ ਦਿਨ ਤੋਂ ਬਾਅਦ ਹੁਣ ਤੱਕ ਉਹਨਾਂ ਦੀ ਕਿਰਪਾ ਹੈ ਜਿਹੜੀ ਬਸ ਆਪਣੇ ਚਰਨੀ ਲਾਈ ਰੱਖੇ, ਨਿਭਾਈ ਰੱਖੇ। ਬਹੁਤ ਬਹੁਤ ਤੜੇ ਉੱਤੇ ਬਖਸ਼ਿਸ਼ ਹੈ, ਬਖਸ਼ਿਸ਼ ਹੈ, ਰੀਅਲੀ ਰੀਅਲੀ ਬਖਸ਼ਿਸ਼, ਰੀਅਲੀ ਬਖਸ਼ਿਸ਼ ਹੈ। ਕਿੱਥੇ ਮਿਲਦੀ ਹੈ, ਕਿੱਥੇ ਮਿਲਦੀ ਹੈ? ਤੁਹਾਡੇ ਦੋ ਐਕਸੀਡੈਂਟ ਵੀ ਹੋਏ, ਇਹ ਵੀ ਉਹਨਾਂ ਨੇ ਦੇਖੋ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ। ਘਰਾਂ ਵਿੱਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜੀਆਂ ਕਰੋੜਾਂ ਲੱਖਾਂ ਮਾਵਾਂ ਨੇ ਬਚਾ ਲਿਆ। ਵੇਲਾ ਸਾਡਾ ਆ ਗਿਆ ਸੀ ਜੱਗ ਉੱਤੋਂ ਜਾਣ ਦਾ, ਪਰ ਮਾਨ ਮਰ ਜਾਣੇ ਨੂੰ ਦੁਆਵਾਂ ਨੇ ਬਚਾ ਲਿਆ। ਬਿਲਕੁਲ, ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ, ਕਿਉਂਕਿ ਉਸ ਵੇਲੇ ਉਹਨਾਂ ਦੇ ਜਾ ਰਹੇ ਸੀ। ਅੱਛਾ, ਇੱਥੇ ETC ਦਾ ਉਦੋਂ ਪ੍ਰੋਗਰਾਮ ਸੀਗਾ, ਮਾਨ ਹੀ ਮਾਨ ਪ੍ਰੋਗਰਾਮ। ਦੂਜੇ ਦਿਨ ਅਸੀਂ ਸਾਈਂ ਜੀ ਦੇ ਵੱਲ ਜਾਣਾ ਸੀ, ਅਸੀਂ ਰਸਤੇ ਜਾਂਦੇ ਕਿਉਂਕਿ ਰਾਤ ਨੂੰ ਸੁੱਤੇ ਹੀ ਨਹੀਂ। ਮਨਜੀਤ ਦੀ ਤਬੀਅਤ ਖਰਾਬ ਹੋ ਗਈ, ਸਾਰੀ ਰਾਤ ਉਹਨਾਂ ਦੀ ਤਿਮਾਰਦਾਰੀ 'ਚ ਲੱਗੇ ਰਹੇ। 12-1 ਵਜੇ ਬਾਅਦ ਉਹਨਾਂ ਨੇ ਆਪ ਹੀ ਕਿਹਾ, ਕਹਿੰਦੇ ਤੁਸੀਂ ਉੱਥੇ ਜਾਇਓ। ਅੱਛਾ, ਮੈਂ ਰੈਸਟ ਕਰਦੇ ਹਾਂ। ਅਸੀਂ ਚੱਲੇ, ਮੇਰੇ ਨਾਲ ਤੇਜਪਾਲ ਸੀ ਮੁੰਡਾ। ਮੈਂ ਕਿਹਾ ਯਾਰ ਤੇਜਪਾਲ, ਮੈਂ ਪਹਿਲੀ ਸੀਟ 'ਤੇ ਬੈਠਾ ਸੀ, ਡਰਾਈਵਰ ਸੀਟ ਨਾਲ ਮੇਰੇ। ਉਹਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੂੰਹੋਂ ਕਿਹਾ, ਬਾਈ ਜੀ ਤੁਸੀਂ ਜੋ ਪਾਠ ਕਰ ਲਓ, ਸੌਣਾ ਸੌਂ ਲਿਓ, ਪਰ ਬੈਲਟ ਲਾ ਲਓ। ਹੋ ਸਕਦਾ ਉਹਨੇ ਆਪ ਨਾ ਲਾਈ ਹੋਵੇ, ਮੈਨੂੰ ਨਹੀਂ ਪਤਾ, ਮੈਨੂੰ ਯਾਦ ਨਹੀਂ ਅੱਗੇ ਗਏ ਕਿਹੜੇ ਵੇਲੇ ਕੰਮ ਹੋ ਗਿਆ। ਉੱਥੇ ਫਿਰ ਅੱਖਾਂ ਖੁੱਲੀਆਂ ਜਦੋਂ ਖੁਮਾਰੀ ਉਤਰ ਗਈ, ਬੈਠੀ ਸਾਡੇ ਨਾਲ ਸਵਾਰੀ ਉਤਰ ਗਈ। ਉਹਨਾਂ ਦੀ ਡੈਥ ਹੋ ਗਈ ਸੀ ਤੇਜਪਾਲ? ਹਾਂਜੀ ਹਾਂ, ਉਹਦੇ 'ਤੇ ਫਿਰ ਗੀਤ ਲਿਖਿਆ ਸੀ ਜੀ। ਉਹਦੇ ਮੂਹਰੇ ਸ਼ਬਦ ਬੋਲੇ ਸੀਗੇ, ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾ ਲਿਆ। ਉਹਨੂੰ ਪਹਿਲਾਂ ਕਹਿਤਾ ਸੀ ਸਾਈਂ ਜੀ ਨੇ, ਜਦੋਂ ਅਸੀਂ ਕੈਨੇਡਾ ਜਾਣਾ ਸੀ, ਸਾਈਂ ਜੀ ਕਹਿੰਦੇ ਉਹ ਗੱਡੀ ਦੇ ਉੱਤੇ ਭਾਰੀ ਹੈ,
ਇਸ ਗੱਡੀ ਨੂੰ ਦੋ ਦਿਨਾਂ ਵਾਸਤੇ ਦਰਬਾਰ ਛੱਡਣੀ। ਇਹ ਬੋਲ ਜਿਹੜੇ ਫਕੀਰ ਹੁੰਦੇ ਆ ਬੋਲਾਂ ਦੇ ਪੱਕੇ ਹੁੰਦੇ ਜੀ, ਉਹ ਕਿਉਂਕਿ ਅਸੀਂ ਚਲੇ ਗਏ ਹੁਣ ਸਾਡਾ ਪੀਆ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ। ਸੋ ਉਹ ਦਿੱਲੀ ਚਲਾ ਗਿਆ, ਦਿੱਲੀ ਚਲਾ ਗਿਆ ਬਸ ਆਪਣੇ ਘਰ ਵਾਲਿਆਂ ਦੇ ਨਾਲ, ਪਰਿਵਾਰ ਦੇ ਨਾਲ, ਮਿੱਤਰਾਂ ਪਿਆਰਿਆਂ ਦੇ ਨਾਲ ਭੁੱਲ ਭੁਲਾ ਗਿਆ। ਫਿਰ ਬਾਅਦ ਚੋਂ ਇੱਕ ਦਿਨ ਯਾਦ ਆਇਆ ਵੀ ਮੈਂ ਗੱਡੀ ਛੱਡਣੀ ਸੀਗੀ। ਉਹ ਅੰਮ੍ਰਿਤਸਰ ਜਾ ਰਹੇ ਸੀਗੇ, ਅੰਮ੍ਰਿਤਸਰ ਉਹ ਬੀਅਰ ਬੂਰ ਪੀਤੀ ਸੀ ਉਹਨਾਂ ਦੀ। ਅੱਛਾ। ਹਾਂ, ਉਹ ਫਿਰ ਛੱਡਣਾ ਕਾਹਦਾ ਛੱਡਣਾ ਹੋਇਆ, ਚੱਲ ਇੱਥੋਂ ਦੀ ਲੰਘਦੇ ਹਾਂ ਅਤੇ ਇੱਧਰ ਨੂੰ ਲੰਘ ਚ ਵੀ ਗੱਡੀ ਛੱਡ ਜਾਂਗੇ। ਉਹਨੂੰ ਸਾਈਂ ਜੀ ਕਹਿੰਦੇ ਗੱਡੀ ਦੇ ਵਿੱਚ ਦਾਰੂ ਵੀ ਪਈ ਹੈ, ਉਹਨਾਂ ਨੂੰ ਕੌਣ ਕਵੇ ਵੀ ਨਹੀਂ ਪਈ, ਪਈ ਹੋਊਗੀ ਤਾਂ ਹੀ ਗੱਡੀ ਛੱਡਣਾ ਹੈ ਕਿ ਆਪਣੇ ਯਾਰਾਂ ਦੇ ਨਾਲ ਪਿਕਨਿਕ ਮਨਾਉਣਾ ਹੈ। ਇਹ ਬੋਲ ਸੀ ਉਹਨੂੰ ਵੀ ਗੱਡੀ ਛੱਡ ਕੇ ਜਾਣੀ ਸੀ ਤੂੰ ਉਸੇ ਦਿਨ ਹੀ ਆ ਜਾਣਾ ਸੀ ਗੱਡੀ ਛੱਡ ਜਾਣੀ। ਸੋ ਉਹ ਮਤਲਬ ਸੰਭਾਲਣਾ ਚਾਹੁੰਦੇ ਸੀ ਉਸ ਮੌਕੇ ਨੂੰ ਪਰ ਨਹੀਂ ਸੰਭਲ ਸਕਿਆ, ਉਹਦੇ 'ਤੇ ਪਾਰੀ ਸੀ। ਸੋ ਗੱਡੀ ਨੇ ਉਸ ਦਿਨ ਤਿੰਨ ਪਲਟੀਆਂ ਖਾਧੀਆਂ, ਤਿੰਨ ਪਲਟੀਆਂ ਦੇ ਖਾਧੀਆਂ ਤਾਂ ਵਿੱਚੋਂ ਜਦੋਂ ਸਿੱਧੀ ਕੀਤੀ ਗੱਡੀ ਹਲੂਣ ਹਲਾਣ ਕੇ ਮੈਨੂੰ ਹੋਸ਼ ਆਈ ਹੌਲੀ 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 ਹੌਲੀ, ਕਿਉਂਕਿ ਵਜੇ ਮੱਥੇ ਵੱਜ ਚੁੱਕੀ ਸੀ। ਅੱਛਾ, ਪਹਿਲੇ ਬਲਪ੍ਰੀਤ ਜਿਹੜੇ ਪਹਿਲੇ ਵਾਰੀ ਲੱਗੀ ਮੇਰੀ ਇੱਧਰਲੇ ਪਾਸੇ ਲੱਗੀ, ਦੂਜੀ ਵਾਰੀ ਲੱਗੀ ਇੱਧਰਲੀ ਅੱਖ 'ਤੇ ਲੱਗੀ, ਕੋਈ ਕੋਈ ਬਰਾਬਰ ਕਰਨੀ ਸੀ ਤੱਕੜੀ ਨਾ, ਇਹ ਤੱਕੜੀ ਨਾ ਆ ਨੱਕ ਵਿਚਾਲੇ ਐਂ ਲੱਗਦਾ ਜਿਵੇਂ ਤੱਕੜੀ ਦੇ ਤੋਲੇ ਹੁਣ ਪਾਸ ਕੁਝ ਨੇ। ਸੋ ਕੋਈ ਵਾਲ ਕੱਢਣੇ ਹੋਣੇ। ਇਸ ਐਕਸਪੀਰੀਅੰਸ ਨੇ ਤੁਹਾਨੂੰ ਕੁਛ ਬਦਲਿਆ ਥੋੜ੍ਹਾ ਜਿਹਾ, ਕੁਛ ਕੁਛ ਹੋਰ ਨਵੀਂ ਸੋਚ ਦਿੱਤੀ ਕੁਛ? ਨਹੀਂ, ਸੋਚ ਨਹੀਂ, ਆਪਣੇ ਯਾਰ ਦੇ ਨਾਲ ਹੋਰ ਪੱਕੇ ਹੋ ਗਏ ਨਾ ਕਿ ਦੇਖੋ ਕਿੱਥੋਂ ਕੱਢ ਕੇ ਲਿਆਂਦਾ। ਉਹ ਵੀ ਜਨਵਰੀ ਦੇ ਵਿੱਚ ਸੀਗਾ ਐਕਸੀਡੈਂਟ ਜੀ, ਜਿਹੜਾ ਦੂਜਾ ਹੋਇਆ ਕਰਨਾਲ ਦੇ ਵਿੱਚ ਉਹ ਵੀ ਜਨਵਰੀ 'ਚ ਸੀ। 9 ਜਨਵਰੀ ਦੇ ਵਿੱਚ ਜਦੋਂ ਅਸੀਂ ਮਤਲਬ ਉਹ ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਜਦੋਂ ਅਸੀਂ ਸਿੱਧੇ ਹੋਏ ਠੀਕ ਹੋਏ ਅਤੇ ਪਹਿਲੀ ਵਾਰੀ ਰੁੜ ਕੇ ਗਾ ਕੇ ਆਏ। ਦੂਜੀ ਵਾਰੀ 20 ਤਰੀਕ ਨੂੰ ਹੋਇਆ ਅਤੇ ਮੇਰੇ ਖਿਆਲ 3-4 ਦਿਨਾਂ ਦੇ ਅੰਦਰ ਉਹ ਠੀਕ ਠੂਕ ਕਰਕੇ ਪੱਟੀਆਂ ਪੁੱਟੀਆਂ ਬੰਨ੍ਹ ਕੇ ਫਿਰ ਸਾਈਂ ਜੀ ਕਹਿੰਦੇ ਚੱਲ ਉੱਥੇ ਗਾ ਕੇ ਆ, ਰੁੜ ਕੇ ਕਰਾਂ, ਮੇਲਾ ਸੀ ਬਾਬਾ ਜੀ ਦਾ। ਮਤਲਬ ਉਹ 4 ਦਿਨਾਂ ਦੇ ਬਾਅਦ ਵੀ ਗੁਆ ਸਕਦੇ ਹਾਂ, ਤੁਹਾਡੇ ਮੌਤ ਦੇ ਬਿਸਤਰ ਤੋਂ ਉਠਾ ਕੇ ਤੁਹਾਨੂੰ 4 ਦਿਨਾਂ ਬਾਅਦ ਵੀ ਗੁਆ ਸਕਦੇ। ਉਹ ਐਕਸਪੀਰੀਅੰਸ ਇਹ ਸੀ ਕਿ ਮੇਰੇ ਇੱਧਰ ਗੋਡੇ 'ਤੇ 7 ਵਜੇ ਵੀ ਬੁਰੀ ਹਾਲਤ ਹੈ, ਸਿੱਧਾ ਮੈਥੋਂ ਹੋਇਆ ਨਹੀਂ ਜਾਂਦਾ ਅਤੇ ਉੱਥੇ ਜਾ ਕੇ ਜਦੋਂ ਸਾਈਂ ਜੀ ਕੋਲ ਬੈਠੇ ਹੋਣ ਉੱਥੇ ਬੈਠਣਾ ਪੈਂਦਾ ਔਰ ਮੈਨੂੰ ਬੈਠਣ ਨਾ ਦੇਣ। ਮੈਨੂੰ ਕਹਿੰਦੇ ਉਹ ਗੁਰਦਾਸ ਉਹਦੇ ਹੀ ਚੱਕ ਕੇ, ਉਹ ਯਾਰ ਉਹ ਟੇਪ ਲਿਆਈ ਚੱਕ ਕੇ, ਫਿਰ ਬੈਠਿਆ ਕਰਾਂ ਥੋੜ੍ਹੀ ਦੇਰ ਬਾਅਦ, ਫਿਰ ਉਹ ਫਲਾਣੀ ਚੀਜ਼ ਦੇ, ਮਤਲਬ ਮੈਨੂੰ ਉਠਾ ਕੇ ਮੇਰੇ ਜਿਹੜੇ ਵਾਲ ਸੀਗੇ ਨਾ ਸਾਰੇ ਅੰਦਰ ਦੇ ਉਹ ਸਿੱਧੇ ਕਰਦੇ, ਫਿਰ ਉਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਕਹਿੰਦੇ ਕੱਲ੍ਹ ਉੱਥੇ ਮੇਲੇ 'ਚ ਗਾ ਕੇ ਜਾਈ। ਚਾਹੇ ਥੋੜ੍ਹਾ ਗਾ ਦੀ ਯਾਰ, ਥੋੜ੍ਹਾ ਹਾਜ਼ਰੀ ਲੱਗ ਜੂਗੀ, ਬਾਬੇ ਖੁਸ਼ ਹੋ ਜਾਣਗੇ। ਸੋ 1.5 ਘੰਟਾ ਗਾਇਆ ਜੀ ਬਲਪ੍ਰੀਤ, ਹਾਂ ਹਾਂ, 1.5 ਘੰਟਾ ਪੱਟੀ ਬੰਨੀ ਦੇ ਵਿੱਚ ਗਾਇਆ। ਸੋ ਉਹ ਐਕਸਪੀਰੀਅੰਸ, ਉਹ ਜਿਹੜੇ ਤੁਸੀਂ ਪੁੱਛ ਰਹੇ ਸੀ ਨਾ ਕੋਈ ਇਹੋ ਜਿਹਾ ਐਕਸਪੀਰੀਅੰਸ ਜਿੱਥੇ ਤੁਹਾਨੂੰ ਨਸ਼ਾ ਆਇਆ ਹੋ ਜੀ, ਇਹ ਉਹ ਨਸ਼ਾ ਸੀ, ਆਪਣੇ ਯਾਰ ਦਾ ਨਸ਼ਾ, ਆਪਣੇ ਗੁਰੂ ਦਾ ਨਸ਼ਾ, ਆਪਣੇ ਪੀਰ ਦਾ ਨਸ਼ਾ। ਬੇਪੀਰੇ ਦਾ ਜੰਮਣ ਅਤੇ ਮਰਨ ਕੋਈ ਨਹੀਂ, ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ ਜੀ, ਚਾਹੇ ਜਿੰਨੀ ਮਰਜ਼ੀ ਕਰੀ ਜਾਵੇ। ਸੌ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ, ਉਹਦੀ ਜਮਾਤ ਦੇ ਵਿੱਚ ਬੈਠੇ ਹੋ ਅਤੇ ਸਕੂਲ 'ਚ ਬੈਠੇ ਹੋ ਤਾਂ ਐਗਜ਼ਾਮੀਨੇਸ਼ਨ ਤਾਂ ਦੇਣਾ ਹੀ ਪੈਣਾ। ਸਾਈਂ ਜੀ ਕਹਿੰਦੇ ਹੁੰਦੇ ਕੀ ਹੋਇਆ ਜੀ, 4 ਦਿਨ ਸਖਤ ਆ ਗਏ, ਸਦਾ ਇੱਥੇ ਮਜਬੂਰੀਆਂ ਰਹਿਣੀਆਂ ਨੇ। ਕੋਈ ਉਸ ਵੇਲੇ ਦੀ ਅਵਸਥਾ ਨੂੰ ਆਪਣੇ ਦਿਲ 'ਤੇ ਆਪਣੇ ਪੀਰੋ ਮੁਰਸ਼ਦ ਦਾ ਆਸਰਾ ਸਮਝ ਕੇ ਉਸਨੂੰ ਹੱਸ ਕੇ ਟਾਲ ਦਿੰਦਾ, ਕੋਈ ਗੱਲ ਨਹੀਂ ਯਾਰ, ਮਾਲਕ ਦੀ ਕਿਰਪਾ ਹੈ। ਕੁਛ ਲੋਕ ਇਸ ਤਰ੍ਹਾਂ ਦੇ ਹੋਣਗੇ ਹਮੇਸ਼ਾ ਹੀ, ਬੜੀ ਕਿਰਪਾ ਜੀ, ਬੜੀ ਕਿਰਪਾ, ਹਾਲਾਂਕਿ ਕੱਖ ਨਾ ਹੋਣ ਜੀ, ਪਰ ਉਹਨਾਂ ਦੀ ਗੱਲ ਦੇ ਵਿੱਚ ਇੰਨਾ ਸਵਾਦ ਹੁੰਦਾ ਕਿ ਗੁਰੂ ਦੀ ਕਿਰਪਾ ਯਾਰ। ਐਦੋ ਵਧੀਆ ਮੁਰੀਦ ਕੋਈ ਨਹੀਂ ਹੈ, ਅਸਲੀ ਮੁਰੀਦ ਉਹੀ ਹੈ ਜਿਹੜਾ ਉਹਦੀ ਹਰ ਰਜ਼ਾ ਦੇ ਵਿੱਚ ਰਾਜ਼ੀ ਰਹੇ, ਤੇਰਾ ਪਾਣਾ ਮਿੱਠਾ ਲਾ ਗਿਆ, ਹਰ ਨਾਮ ਪਦਾਰਥ ਨਾਨਕ, ਕੈਸੇ ਕੈਸੇ ਬੋਲ ਲਿਖੇ ਗਏ, ਕੋਈ ਬਾਤ ਹੋਏਗੀ ਤਾਂ ਹੀ ਲਿਖੀਆਂ।